محمد والے محمد حاضرین مجلس دے صغیرہ و کبیرہ گناہ معاف فرما، سارے والدین دے گناہ معاف فرما، سارے مرحومین دے گناہ معاف فرما، بانیان دے جتنے مرحومین اس دنیا تے تر گئے مالک کروٹ کروٹ جنت و فردوس سے جگہ عطا فرما، کربلا والے دے سایہ نبی قبراں تے قائم دائم فرما، عزادار اور عزاداری دی حفاظت فرما، جتنے عزادار تر کے آئے مالک قدم ب قدم اجر عظیم عطا فرما، ہر شریف تے عزت محفوظ فرما، واجب شمل کے بلند دوانا لمین حق سعادی برحق امام زمانہ دا جل ظہور فرما، اللہم صلی علی محمد و آل محمد، نعرہ تکبیر، نعرہ رسالت، واجب شمل کے ہاتھ بلند کر کے کل ایمان، نعرہ حیدری، حسینیت، یزیدیت، اہل بیت دشمن تلانت، بطول دے دشمن تلانت، بطول دے بابے دے دشمن تلانت، بابا دے بلند صلوات، جڑا ذاکر تے سان کریں دے نہ پڑے جاندا ایمان گھرانہ لائق صلوات واجب سمجھ کے اچھی صلوات، ماشاء اللہ لا حول ولا قوة الا باللہ أعوذ بالله من الشيطان الرجيم بسم الله الرحمن الرحيم قرآن ابتدا تے صلوات الحمد لله الذي نور قلوبنا صاحب دا او جول میرا او جول برا او کے وال علم اسمہ منور مقدس مرفوع منقوش فی اللوح والقلم احمد المصطفی صلوات سنیشیا نبی دی ذات تے اچھی صلوات پڑھو زینہ دل مسجد وال منبر فات لوحد وال بدر وال حنین مبیر العلم بالحسن والحسین سید الاولیاء امام الہدا امیر المومنین صلوات وعلى سيدتي الجليلة المخدومة جدا وسط ياي جتنے سید موجود میں نوکرانی دا پتران جدا زہرا یتیم ہوئی ہے مظلوم تل رکھ جانو پتار دے سینے تے تے شاہ ہاتھ برچی وچ پایا جلیا لے نال کلیجا پیو دایا کایا پتر دا باہر جنہاں نوں سمجھ آئی اکھاں واس پئی علی اکبر دا وین شہادت ہر جگہ پڑھنا منع ہے
ਉਹਦੀ ਇੱਕ ਵਜ੍ਹਾ ਪਰਦੇ ਛੁਆਈ ਬੈਠੀ ਆਉਂਦੀ ਹੈ ਜਿਹੜੀ 18 ਸਾਲ ਅਕਬਰ ਨੂੰ ਬੁਰਕੇ ਪਲੇ ਜ਼ਾਕਰ ਨਾ ਸਮਝਾ ਸਕੇ ਤੇਰਾ ਖਿਆਲ ਕਿਸੇ ਹੋਰ ਪਾਸੇ ਹੋਵੇ ਵਹਿਣ ਕਰਕੇ ਆਦੀ ਤੈਂ ਡਿੱਠਾ ਜਨਾ ਮੈਂ ਕਿਹੜਾ ਔਖਾ ਪਲੇਂਦੀ ਰਹੀ ਰੱਖ ਜਾਨੋ ਪੁੱਤਾਂ ਸ਼ਾਹਤ ਬਰਛੀ ਵਿੱਚ ਪਾਇਆ ਨਾਲ ਕਲੇਜਾ ਪਿਓ ਦਾ ਆ ਕਾਇਆ ਪੁੱਤਰ ਦਾ ਬਾਹਰ ਜਿਤਨੇ ਲਈ ਅਕਬਰ ਦੇ ਮਾਤਮੀ ਆਏ ਬੈਠੇ ਅੱਛਾ ਕੇ ਜਿਗਾਰ ਜਵਾਨ ਅਕਬਰ ਦਾ ਤੇ ਸ਼ਾਹ ਨਬੀਆਂ ਕੋ ਅਕਬਰ ਨੇ ਤੇਰੇ ਦੀਨ ਕੁਚਾ ਰੰਗ ਲਾਇ ਤੁਹਾਡੀ ਤਵੱਜੋ ਹੋ ਗਈ ਮੈਂ ਇਹੋ ਬੰਦ ਅਦੀਏ ਤੈਂ ਡਿੱਠਾ ਜੋ ਨਾ ਮੈਂ ਕਿਹੜਾ ਔਖਾ ਪਲੇਂਦੀ ਹਰ ਬੰਦੇ ਦੀ ਆਪਣੀ ਅਕਬਰ ਤੇ ਜਵਾਨ ਸਿੱਖਦੇ ਨੇ ਜਵਾਨੀ ਹਟਾਉਣ ਵਾਸਤੇ ਜਵਾਨੀ ਸਿੱਖਦੀ ਟੁਰ ਗਈ ਮੈਂ ਲੈਲਾ ਦੇ ਅਕਬਰ ਨੂੰ ਹਟਾਵਾ ਜਿਹੜਾ ਜ਼ਾਦਾਰ ਬਣ ਕੇ ਬੈਠੇ ਸੁਣਦੇ ਇੱਕ ਬੜਾ ਪੁਰਾਣਾ ਮਕਬੂਲ ਬੰਦ ਬਾਬਾ ਮਰਹੂਮ ਪੜਦਾ ਇਸ ਮਾਈਲ ਖਲੀਲ ਦਿੱਤਾ ਤੇਰੇ ਅੱਖੀਆਂ ਬੰਦ ਕਰੇਂਦਾ ਸ਼ਾਖਾ ਪੁੱਤਰ ਸਮਾਈ ਬੈਠਾ ਨਹੀਂ ਦੀਦ ਜਵਾਨ ਤੂੰ ਚਾਹੀਦਾ ਮਾਤਮੀਆਂ ਰੋਂਦੀ ਕਿਹੜੀ ਗੱਲ ਇੱਕ ਹੱਥ ਵਿੱਚ ਫਲ ਬਰਛੀ ਦਾ ਤੇਰੇ ਅਕਬਰ ਜੋਕ ਲਦੈਂਦਾ ਥੀ ਕੁਲ ਮੁਰਸੇਲ ਹੈਰਾਨ ਗਏ ਹਦੀਆ ਪੇਸ਼ ਕਰੀਂ ਭਲਾ ਉਹਨੇ ਹੁਸੈਨ ਦੀ ਮਹਾਰਾਜੀ ਤਰੀਆਂ ਦੀਆਂ ਦੇ ਪਰਦੇ ਆਉਣੇ ਸੁਬਹ ਦੀ ਮਜਲਿਸ ਸ਼ੁਰੂ ਹੈ ਖਲੂਸ ਨਾਲ ਰਾਜਾ ਸਾਹਿਬਾਨ ਨੇ ਫੋੜੀ ਵਿਛਾਈ ਹੈ ਬਹੁਤ ਸੋਹਣਾ ਪੁੱਤਰ ਆਈ ਹੁਸੈਨ ਦਾ ਅਕਬਰ ਰੋਵਣਾ ਤੇਰੀ ਆਪਣੀ ਅਕਬਤ ਹੈ ਨਾ ਜ਼ਾਕਿਰ ਤੇ ਸਾਂ ਨਾ ਬਹਿਣ ਬਿਰਾ ਤੇ ਸਾਂ ਜੀ ਜਿਹੜੇ ਸਾਹਿਬ ਔਲਾਦ ਜਿਹੜਾ ਸੋਹਣਾ ਹੀ ਉਤਨਾ ਹੁਸੈਨ ਨੂੰ ਪਿਆਰਾ ਹੈ ਜਿਤਨਾ ਪਿਆਰਾ ਹੈ ਉਤਨਾ ਉਮਤ ਔਖਾ ਲਹਾਏ ਮੈਂ ਲਫ਼ਜ਼ ਆਖਿਆ ਮੈਂ ਕਹਾਂ ਤੇਰੀ ਆਪਣੀ ਅਕਬਤ ਹੈ ਤੇਰਾ ਰੋਵਣ ਬਹਿਣ ਬਿਰਾ ਤੇ ਸ਼ਾਨ ਨਹੀਂ ਇਤਨਾ ਜ਼ਰੂਰ ਆਦਾਂ ਇਸ ਰੋਵਣ ਦਾ ਪਤਾ ਲੱਗ ਸੀ ਜਿਹੜਾ ਜ਼ਿੰਦਗੀ ਮੁੱਕ ਹੋਏ ਸੀ ਆਪਣੇ ਦਫ਼ਨ ਕਰਕੇ ਗਾਰਾ ਸਨ ਇਕੱਲੀ ਕਬਰ ਮੋਮਿਨ ਦੀ ਕਬਰ ਵਿੱਚ ਮੁਬਸ਼ਰ ਅਤੇ ਬਸ਼ੀਰਾ ਸਨ ਆ ਕੇ ਮਲਕ ਸਵਾਲ ਕਰੇ ਸਨ ਅਜਾ ਮੋਮਿਨ ਨਾ ਬੁਲੇ ਸੀ ਬੁੱਢੀ ਹੋਈ ਕੋਕਾ ਸੀ ਜਿਹੜਾ ਕਿ ਨਾ ਰਿਵਾਇਆ ਮੇਰੇ ਅਕਬਰ ਨੂੰ ਰੋਣਾ ਪੁੱਛੀ ਮੋਮਿਨ ਕੌਣ ਹੈ ਤਨਹਾਈ ਵਿੱਚ ਮੇਰੀ ਵਕਾਲਤ ਕਰਨ ਵਾਲਾ ਆਵਾਜ਼ ਅਸੀਂ ਪਹਿਚਾਣ ਨਹੀਂ ਬਰਦਾ ਗੁੱਠਾ ਰੋਸਾ ਹੈ ਮੌਲਾ ਮੈਂ ਤਾਂ ਗੁਨਾਹਗਾਰ ਰਿਸ਼ਤੇਦਾਰ ਔਲਾਦ ਮੈਨੂੰ ਮੇਰੀਆਂ ਦਹੀਆਂ ਛੋੜ ਗਈਆਂ ਫਰਮੈਸ਼ਨ ਮੈਂ ਉਹ ਕਰੀਮਾਂ ਜਾਂ ਸੱਕੀ ਮਾਂ ਦਾ ਉਧਾਰ ਨਹੀਂ ਰੱਖਾ ਮਾਲਿਕ ਕੈਸਾ ਉਧਾਰ ਫਰਮੈਸ਼ਨ ਯਾਦ ਕਰ ਤੇਰਾ ਆਪਣਾ ਘਰ ਆਈ ਤੇਰੇ ਆਪਣੇ ਰਿਸ਼ਤੇਦਾਰ ਹਨ ਤੂੰ ਮਿੱਟੀ 'ਤੇ ਬੈਠਾ ਮੈਂ ਜ਼ਾਕਿਰ ਪੜਿਆ ਨੂੰ ਮੇਰੇ ਮਸਲਾਂ ਦੇ ਅਕਬਰ ਦੇ ਮਸਾਇਬ ਤੂੰ ਅੱਖੀ ਨਾਲ ਤਾਂ ਨਹੀਂ ਬਿੱਠਾ ਤੂੰ ਅਦਾਦਾਰ ਬਣ ਕੇ ਯਕੀਨ ਕਰਕੇ ਗਿਰੀਆ ਕੀਤਾ ਹੁਸੈਨ ਤੇਰੀ ਵਕਾਲਤ ਉੱਥੇ ਕਰਨ ਆਏ ਜਿੱਥੇ ਤੈਨੂੰ ਧੀਆਂ ਹੀ ਛੋੜ ਗਏ ਅੱਖੋ ਵਸਦੀਏ ਜਿਹਦੇ 'ਤੇ ਸ਼ਾਮ ਦੀ ਮੁਸਾਫਰਾ ਮੋਹਰ ਲਾਵੇ ਪੈਸੇ ਦੀ ਕਮਾਲ ਨਹੀਂ ਇਹ ਫੋੜੀ ਵਿੱਚ ਵੰਨੇ ਬਾਨੀਆਮ ਦੀ ਕਮਾਲ ਨਹੀਂ ਜ਼ਾਕਿਰ ਦਾ ਕਮਾਲ ਨਹੀਂ ਤੇਰੀਆਂ ਅੱਖਾਂ 'ਚੋਂ ਆਂਸੂ ਆਵੇਨ ਵਾਰਿਸ ਰਾਜ਼ੀ ਹੋਵੇ ਨੇ ਫੋੜੀ ਵਿੱਚ ਦੀਏ ਆਹ ਮਿੰਬਰ ਨਹੀਂ ਮਿੰਬਰ ਰਸੂਲ ਹੈ ਕੁਰਸੀ ਮਾਮੇ ਜ਼ਮਾਨਾ ਵਾਸਤੇ ਪਰਦੇ ਸ਼ਾਮ ਤੋਂ ਫੁੱਪੀ ਭਤੀਜੀ ਤੁਹਾਡੇ 'ਚ ਰੱਤ ਰੋਵਣ ਲੱਕੇ ਦੀ ਇਮਾਮ
ਇੱਕ ਮਿਹਨਤ ਕਰ ਰਹੇ ਹਾਂ ਬਾਣੀਆਂ ਦੀ, ਮਜਲਸ ਮੁੱਕੇ ਨਾ ਖੁਸ਼ ਨਾ ਹੋਇਆ, ਅਸਾਂ ਲੰਗਰ ਪਕਾਇਆ, ਇਤਨੇ ਜ਼ਾਕਿਰ ਆ, ਇਤਨੀਆਂ ਅਸਾਂ ਨਿਆਜ਼ਾਂ ਦਿੱਤੀਆਂ, ਆਪਣੀ ਇਬਾਦਤ ਜ਼ਾਇਆ ਨਹੀਂ ਕਰਨੀ, ਬਲਕਿ ਮਜਲਸ ਦੇ ਇਖਤਿਤਾਮ ਤੋਂ ਬਾਅਦ ਦੋ ਰਕਾਤ ਨਮਾਜ਼ ਸ਼ੁਕਰਾਨਾ ਅਲਮ ਤਲੇ ਸਰ ਤੇ ਕੁਰਾਨ ਹੋਵੇ, ਸੱਜੇ ਧੀਆਂ ਹੋਵੇ, ਖੱਬੇ ਭੈਣਾਂ ਹੋਵੇ, ਸ਼ਾਮ ਵਾਲੇ ਪਾਸੇ ਮੂੰਹ ਕਰਕੇ ਖਾਏ, ਮਾਵਾਂ ਦੀਆਂ ਸਾਡੇ ਤੇ ਰਾਜ਼ੀ ਹੋ ਜਾਏ। ਜਿਹੜਾ ਆਜ਼ਾਦਾਰ ਚਾਚਾ ਬਾਏ ਥੀ, ਮਾਵਾਂ ਦੀਆਂ ਸਾਡੇ ਤੇ ਰਾਜ਼ੀ ਹੋ ਜਾਏ। ਬਾਬਾ ਮਰਹੂਮ ਪੜਦਾ ਜਲੇ ਫੁੱਫੀ ਭਤੀਜੀ ਪਰਦੇ 'ਚ ਬੈਠੀਆਂ ਹੋਵੇ ਨਾ, ਅਤੇ ਜ਼ਾਕਿਰ ਦਾ ਮਸਾਹਿਬਾ ਵਨੇ ਸਮਝ, ਕੋਈ ਅਦਾਦਾਰ ਗਿਰੀਅਤ ਮਾਤਮ ਦੌਰਾਨ ਮਜਲਸ, ਚੌਂ ਸਾਲਾਂ ਦੀ ਬਤੂਲ ਫੁੱਫੀ ਦਾ ਦਾਮਨ ਨੱਪ ਕੇ ਇਸ਼ਾਰਾ ਕਰਕੇ ਆਦੀ, ਉਹ ਕੌਣ ਹੈ ਜਿਹੜਾ ਮਾਤਮ ਕਰਕੇ ਬੈਠਾ ਰਹਿੰਦਾ। ਬੀਬੀ ਆਦੀ ਸਕੀਨਾ ਤੇਰੇ ਬਾਬੇ ਦਾ ਅਦਾਦਾਰ ਹੈ, ਚੌਂ ਸਾਲਾਂ ਦੀ ਬਤੂਲ ਮਾਂ ਦੇ ਗਲ 'ਚ ਬਾਈ ਪਾ ਕੇ ਆਦੀ, ਅੰਮਾ ਹੌਸਲੇ ਕਿੱਥੇ ਆਈ ਜਿਹੜੇ ਬਾਬਾ ਤੱਸਾ ਮਰੀ। ਆਸਾਨ ਕਰਕੇ ਇਸ ਤੋਂ ਪੜ੍ਹ ਰਹੇ ਹਾਂ, ਪੜ੍ਹਾਂ ਅਲੀ ਅਕਬਰ, ਅਤੇ ਕੋਈ ਬੰਦਾ, ਕੋਈ ਮੇਰੀ ਭੈਣ ਐਸੀ ਨਾ ਹੋਵੇ ਜਿਹੜੀ ਹੰਝੂਆਂ ਨਾਲ ਝੋਲੀ ਨਾ ਭਰੇ, ਉਹ ਅੱਖ ਨਿਕਲ ਨਾ ਪਵੇ ਜਿਹੜੀ ਜ਼ੈਨਬ ਦੇ ਪਲੋੜੇ ਉੱਤੇ ਵਸਦੀ ਨਹੀਂ। ਦੋ ਮਸਾਹਿਬ ਜਦੋਂ ਕੋਈ ਜ਼ਾਕਿਰ ਪੜ੍ਹੇ, ਇੱਕ ਸੈਣ ਜ਼ਹਰਾ ਦਾ, ਦੂਜਾ ਅਲੀ ਅਕਬਰ ਦਾ, ਇੰਜ ਰੋਣਾ ਕਰ ਜਿਵੇਂ ਜ਼ਈਫ ਮਾਂ ਜਵਾਨ ਪੁੱਤਰ ਦੀ ਲਾਸ਼ ਤੇ ਰੋਂਦੀ। ਅਕਬਰ ਦਾ ਸੰਨ ਹੀ 18 ਸਾਲ ਆਏ, ਜ਼ਹਰਾ ਦਾ ਸੰਨ ਹੀ 18 ਸਾਲ ਆਏ, ਉਵੇਂ ਯਕਮ ਦੋ ਤਰਾਏ ਜਮਾਤ ਦੀ ਆਸਾਨੀ, ਹਸਨੈਨ ਦੀ ਯਤੀਮੀ ਦੇ ਡੀਂਗਨ, ਬਹੁਤ ਸੋਹਣਾ ਪੁੱਤਰ ਹੁਸੈਨ ਦਾ, ਜਿੱਦਾਂ ਹੀ ਤਹੱਜਦ ਵਾਸਤੇ ਹੁਸੈਨ ਮੁਸੱਲਾ ਵਿੱਚ ਆਏ ਨਾ, ਅਕਬਰ ਦੀ ਸ਼ਿਰਾਂ ਦੀ ਹਰ ਦੋ ਰਕਾਤ ਨਮਾਜ਼ ਪੜ੍ਹਨ ਤੋਂ ਬਾਅਦ 7-7 ਵਾਰੀ ਪੁੱਤਰ ਦਾ ਮੂੰਹ ਚੁੰਮਿਆ। ਜਿਹੜੇ ਔਲਾਦ ਨਾਜ਼ਾਂ ਨਾਲ ਪਲੇਂਦੇ ਹੋ, ਕੋਈ ਵੇਲਾ ਰਾਤ ਦਾ ਪੁੱਤਰ ਦਾ ਮੂੰਹ ਚੁੰਮਣ ਲੱਗੇ, ਸਾਹਮਣੇ ਕਰਬਲਾ ਦੇ ਮੈਦਾਨ ਦਾ ਮੰਜ਼ਰ ਆਏ, ਹੁਸੈਨ ਰੁਨੇ ਦਾੜੀ ਪੁੱਸੀਏ, ਹੰਝੂ ਅਲੀ ਅਕਬਰ ਦੇ ਚਿਹਰੇ 'ਤੇ ਡੱਠੀਆਂ, ਤੜੇ ਕੇ ਉੱਠੇ, ਡਿੱਠਸ ਤਾਂ ਬਾਬਾ ਰੋ ਕੇ ਬੋਸੇ ਪਿਆ ਗਿੰਦਾ, ਗੱਲ 'ਚ ਬਾਈ ਪਾ ਕੇ ਆਦਾ, ਤੂੰ ਪਿਓ ਹੈ ਮੈਂ ਪੁੱਤਰਾ। ਬਾਬਾ ਇਸ ਵੇਲੇ ਰਾਤ ਦੇ ਜੋ ਲੁੱਕ ਲੁੱਕ ਵਧਾ ਚੁੰਮਦਾ, ਡੀਂ ਨਾ ਹੀ ਹੋਣਾ। ਬਾਬਾ ਸਾਹਬੀਆਂ ਦੇ ਦਰਮਿਆਨ ਮੈਨੂੰ ਬੁਲਾ ਕੇ ਝੋਲੀਏ 'ਚ ਬਹਾ ਕੇ, ਸੱਜਿਓਂ ਚੁੰਮਿਆ ਤੇਰੀ ਮਰਜ਼ੀ, ਖੱਬਿਓਂ ਚੁੰਮਿਆ ਤੇਰੀ ਮਰਜ਼ੀ। ਹੁਸੈਨ ਦਾ ਜਵਾਬ ਸੁਣ ਸੋ ਗਰੀਬ, ਫਰਮਾਇਆ ਅਕਬਰ ਮੈਂ ਉਧਾਰ ਵਧਾ ਲਹਿੰਦਾ। ਬਾਬਾ ਕੈਸਾ ਉਧਾਰ? ਫਰਮਾਇਆ ਤੂੰ ਇਹ ਸਾਗੀ ਮੇਰਾ ਨਾਨੇ ਦੀ ਸ਼ਕਲ ਵਾਲਾ, ਜਦੋਂ ਮੈਂ ਬਚਪਨ ਆਈ ਨਾਨਾ ਇਵੇਂ ਮੁਸੱਲਾ ਵਿਛਾਂਦਾ ਜਿਵੇਂ ਮੈਂ ਅੱਜ ਤੇਰੀ ਸ਼ਿਰਾਂ ਦੀ ਵਿਛਾਇਆ, ਮਿਜਾਜ ਰਲਾ, ਤੂੰ ਤਿਆਰੀ ਕਰੇ ਸੇ ਮੈਂ ਵਹਿਣ ਸ਼ੁਰੂ ਕਰ ਦੇਸਾਂ। ਚਾਰ ਜਾਂ ਪੰਜ ਸਾਲ ਦਾ ਸਾਨੇ ਪਿਓ ਦੀ ਝੋਲੀ 'ਚ ਬੈਠੇ, ਅੱਲਾ ਕਰੇ ਮੈਂ ਇਹ ਇਸ਼ਾਰਾ ਸਮਝਾ ਲਵਾਂ, ਜਿਤਨੇ ਜਵਾਨ ਅਲੀ ਅਕਬਰ ਦੇ ਮਾਤਮੀ ਆਏ ਬੈਠੇ ਹੋ, 4 ਜਾਂ 5 ਸਾਲ ਦਾ ਸਨ, ਪਿਓ ਦੀ ਝੋਲੀ 'ਚ ਬਹਿ ਕੇ ਅਕਬਰ ਬੇ ਮੌਸਮੇ ਅਨਾਰ ਮੰਗਿਆ। ਮੌਸਮ ਨਹੀਂ ਆਦੇ ਬਾਬਾ ਮੇਰੇ ਦਿਲ ਨੇ, ਮੈਂ ਅਨਾਰ ਖਾਵਾਂ। ਹੁਸੈਨ ਫਰਮਾਇਆ ਬੇਟਾ ਮੌਸਮ ਨਹੀਂ, ਮੌਸਮ ਹੋਵੇ ਆ ਤੂੰ ਜਿਤਨੇ ਆਖਿਆ ਮੈਂ ਤੈਨੂੰ ਬਾਜ਼ਾਰ 'ਚ ਲੈ ਦੇਵਾਂ। ਅਮੀਰ ਬੰਦਾ ਉਸ ਜਾਂਦੀ ਹਾਏ ਨਾ ਨਿਕਲੇ, ਪਿਓ ਦੇ ਗੱਲ 'ਚ ਬਾਈ ਪਾ ਕੇ ਆਦੇ, ਹਾਏ ਬਾਬਾ ਜ਼ਮਾਨਾ ਹੀ ਮੌਸਮ 'ਤੇ ਖਾਵੇ, ਅਕਬਰ ਹੀ ਮੌਸਮ। ਬੇਟਾ ਬਾਜ਼ਾਰ 'ਚ ਆਉਂਦਾ, ਜਿਤਨੇ ਤੇਰਾ ਦਿਲ ਆਖਿਆ ਮੈਂ ਲੈ ਦੇਵਾਂ। ਵਕਤ ਅਲੀ ਅਕਬਰ ਅਨਾਰ ਨਹੀਂ ਮੰਗੇ, ਜਵਾਨਾਂ ਲਈ ਅਕਬਰ ਰੁਣੇ, ਰੁਖਸਾਰਾਂ 'ਤੇ ਆਂਸੂ ਆਏ, ਅੱਲਾ ਦਾ ਅਰਸ਼ ਅੱਲਾ ਆਵਾਜ਼ ਤੋਹੀਦ ਆਈ, ਹੁਸੈਨ ਮੇਰੇ ਅਕਬਰ ਕੋ ਨਾ ਰੋਆ। ਅਕਬਰ ਦਾ ਰੋਣਾ ਮੈਂ ਅੱਲਾ ਨੂੰ ਚੰਗਾ ਨਹੀਂ ਲੱਗਾ। ਗਰੀਬ ਆਦੇ ਮਾਲਿਕ ਮੌਸਮ ਨਹੀਂ ਤੇ ਅਕਬਰ ਆਦੇ ਮੈਂ ਅਨਾਰ ਖਾਵਣੇ। ਅਦਾਦਾਰੋ ਆਵਾਜ਼ ਤੋਹੀਦ ਆਈ, ਹਾਏ ਹੁਸੈਨ ਤੂੰ ਕੋਈ ਮੌਸਮ ਦਾ ਮੁਹਤਾਜ ਹੈ, ਤੂੰ ਹੱਥ ਵਧਾ ਮੈਂ ਜੰਨਤ ਜ਼ਮੀਨ 'ਤੇ ਭੇਜਾਂ। ਦੋ ਅਲਮਾਂ ਦੇ ਦਰਮਿਆਨ ਖੜੋਤਾ, ਮਿਨੋ ਅਨ ਰਿਵਾਇਤ ਦੇ ਲਫ਼ਜ਼ ਕਿਤਾਬ ਦਾ ਨਾਮ ਮਜਾਲਿਸ ਉਲ ਮੁੰਤਜ਼ਰੀਨ, ਲਿਖਣ ਵਾਲੇ ਸਾਈਂ ਜਾਫਰ ਜ਼ਮਾਨ ਜਮਨ ਸ਼ਾਹ ਵਾਲੇ, ਲਿਖ ਦੇਣ 5 ਤਾਜ਼ੇ ਅਤੇ ਮਿੱਠੇ ਅਨਾਰ ਹੁਸੈਨ ਦੇ ਹੱਥ 'ਤੇ ਆਏ, ਜਿਹੜੇ ਆਪਣੀ ਔਲਾਦ ਨਾਜ਼ਾ ਨਾਲ ਪੇ ਪਾਲਦੇ ਹੋ। ਇੱਕ ਅਨਾਰ ਪਿਓ ਦੀ ਝੋਲੀ 'ਚ ਬਹਿ ਕੇ ਅਕਬਰ ਖਾਂਦਾ ਹੈ। ਅਦੇ ਬਾਬਾ ਉਸ ਕਰੀਮ ਖਾਲਿਕ ਨੂੰ ਸਾਡੇ ਨਾਲ ਕਿਤਨਾ ਪਿਆਰ ਹੈ, ਮੈਂ ਇੱਕ ਦੀ ਖਾਹਿਸ਼ ਕੀਤੀ ਉਹ ਸੱਲਾ 5 ਦਿੱਤੇ। ਬਾਬਾ ਸਜਦਾ ਸ਼ੁਕਰ ਅਦਾ ਕਰੀਏ,
ਜਿਹੜੇ ਸਜਦਾ ਸ਼ੁਕ ਅਲੀ ਅਕਬਰ ਦੇ ਮੂੰਹ ਚੋਂ ਨਿਕਲਿਆ ਨਾ, ਫੌਰਨ ਜਬਰਾਈਲ ਆਏ, ਹੁਸੈਨ ਮੈਂ ਕੋ ਅੱਲਾ ਭੇਜਿਆ। ਉਹ ਮਾਲਿਕ ਪਿਆਦਾ ਹੈ, ਤੇਰਾ ਦਾਵਾ ਨਹੀਂ, ਮੈਂ ਕਹਿਣ ਦਾ ਇਹਸਾਨ ਨਹੀਂ ਰੱਖਦਾ। ਹੁਸੈਨ ਤੈਂ ਮੇਰੇ ਕੋਲੋਂ ਅਕਬਰ ਵਾਸਤੇ ਮੰਗੇ ਇੱਕ ਬੇਮੌਸਮ ਅਨਾਰ, ਮੈਂ ਅੱਲਾ ਦਿੱਤੇ ਪੰਜ। ਹਾਂ ਹੁਸੈਨ, ਅਗਰ ਇਹਸਾਨ ਦਾ ਬਦਲਾ ਇਹਸਾਨ ਚੁਕਾਵੇਂ, ਕਹਿੰ ਮੋੜ, ਕਹਿੰ ਮੰਜ਼ਲ, ਕਹਿੰ ਮਕਾਮ, ਮੈਂ ਅੱਲਾ ਦੇ ਦੀਨ 'ਤੇ ਬਣ ਵੰਨੇ ਔਖੀ, ਅਤੇ ਮੈਂ ਅੱਲਾ ਨੂੰ ਦੀਨ ਵਾਸਤੇ ਪਾਏ ਵੰਨੇ, ਤੇਰੇ ਸੇ ਅਕਬਰ ਦੀ ਬੇਮੌਸਮੀ ਲੋੜ, ਹੁਸੈਨ ਪਿਆਰਾ ਤਾਂ ਨਾ ਕਰੇ ਸੇ। ਅਮੀਰ ਬੰਦਾ ਜਦੀ ਹਾਏ ਨਹੀਂ ਨਿਕਲੀ, ਹੁਸੈਨ ਆ ਕੇ ਜਬਰਾਈਲ ਵੰਨ ਅੱਲਾ ਨੂੰ ਆਖ, ਤੈਂ ਅਕਬਰ ਮੰਗਾਏ, ਮੈਂ ਨਾਲ ਅੱਬਾਸ ਦੇ ਸਾਂ, ਮੈਂ ਕਾਸਿਮ ਦੇ ਸਾਂ, ਮੈਂ ਓਮ ਦੇ ਸਾਂ, ਮੈਂ ਉਹ ਦੇ ਸਾਂ ਜਿਹੜੇ ਮਾਂ ਦੀ ਝੋਲੀ 'ਚ ਬੋਲੀ ਨਾ ਬੁਲੈਂਦੇ, ਤੁਹਾਡੀਆਂ ਧੀਆਂ ਦੇ ਪਰਦੇ ਹੋਵੇ, ਹੁਸੈਨ ਦੀ ਮਾਂ ਰਾਜ਼ੀ ਹੋਵੇ। ਬਾਈ ਰਿਆਜ਼ ਨਾਲ ਵਾਅਦਾ ਕੀਤਾ, ਵਾਅਦਾ ਵਫਾ ਹੋ ਗਏ, ਹਰ ਅੱਖ ਵਸ ਪਈ ਹੈ। ਮੈਂ ਪਹਿਲੇ ਅੱਖ ਹੈ, ਆਂਸੂ ਉਹ ਆਉਂਦਾ ਜਿਹੜਾ ਵਾਰਸਾਂ ਚੰਗਾ ਲੱਗੇ, ਇੱਥੇ ਦਾ ਰੋਵਣ ਆਮ ਨਹੀਂ। ਬਾਬਾ ਮਰਹੂਮ ਹਾਜੀ ਆਸ਼ਿਕ ਹੁਸੈਨ ਕਿਆਮਤ ਮਾਲਿਕ ਉਹਨਾਂ ਦੇ ਦਰਜਾਤ ਬੁਲੰਦ ਕਰੇ ਪੜਦੇ ਹਨ, ਜਿੱਥੇ ਅਜ਼ਾਦਾਰ ਬੰਧਨ ਵਿੱਚ ਮਲਾਇਕਾ ਹੀ ਬੰਦ ਹੈ ਜੀ। ਬਿਲਕੁਲ ਬਿਲਕੁਲ, ਉਹ ਪੜਦੇ ਹਨ ਜਿਹੜੇ ਅਜ਼ਾਦਾਰ ਰੋਂਦੇ ਨਾ, ਮਲਾਇਕਾ ਆਂਸੂ ਇਕੱਠੇ ਕਰਦੇ, ਮਜ਼ਲੂਮ ਦੇ ਜਿਸਮ 'ਤੇ ਇਤਨੇ ਜ਼ਖਮ ਹੈ ਜਿਹਨਾਂ ਦਾ ਅੰਦਾਜ਼ਾ ਹੀ ਨਹੀਂ। ਤੁਹਾਡੇ ਆਂਸੂ ਮਰਹਮ ਬਣਾ ਕੇ ਮਲਾਇਕਾ ਸੈਯਦਾਂ ਨੂੰ ਦਿੰਦੇ, ਮਾਂ ਤੁਹਾਡੇ ਆਂਸੂ ਪੁੱਤਰ ਦੇ ਜ਼ਖਮਾਂ 'ਤੇ ਸਟੇਂਦੀ ਹੈ, ਸਾਰੇ ਜ਼ਖਮ ਮਿਟ ਵੈਂਦੇ, ਦੋ ਜ਼ਖਮ ਬਚ ਵੈਂਦੇ। ਅਜੀਬ ਰਿਸ਼ਤਾ ਮਾਂ ਅਤੇ ਪੁੱਤਰ ਦਾ, ਦਾਣੀ ਚਮਕਿਆ ਦੀ ਹਾਂ ਹੁਸੈਨ ਮਰਹਮ ਢੇਰ ਆਈ ਤੇ ਜ਼ਖਮ ਬਚ ਗਏ, ਰੋ ਕੇ ਗਰੀਬ ਆਦੇ ਅੰਮਾ ਇਹ ਅਕਬਰ ਦੀ ਜਵਾਨੀ ਦਾ, ਇਹ ਮੇਰੀ ਭੈਣ ਜ਼ੈਨਬ ਦੀ ਚਾਦਰ ਦਾ, ਇਹਨਾਂ ਨੇ 40 ਸਾਲ ਮੇਰਾ ਸਜਾਦ ਪਾਣੀ ਨਹੀਂ ਖੂਨ ਰੁਣਾ। ਚਾਰ ਜ਼ਰੀਆਂ 'ਤੇ ਜਿਹੜੇ ਦਵਾਰ ਬੈਠੇ ਹੋ, ਚਾਰ ਮਜ਼ਮੂਨਾਂ ਦਾ ਪੜ੍ਹਨਾ ਮੰਨੇ, ਹੱਥ ਬੰਨ ਕੇ ਕਹਿੰਦੇ ਦਿਲ 'ਤੇ, ਅਗਰ ਮੇਰੇ ਲਫ਼ਜ਼ਾਂ ਨਾਲ ਜ਼ਖਮ ਲੱਗੇ ਮੈਂ ਕੋ ਮਹਿਮਾਨ ਸਮਝ ਕੇ ਮਾਫ਼ ਕਰੇ ਸੋ। ਅਲੀ ਦੀ ਮਜ਼ਾਰ 'ਤੇ ਜ਼ੈਨਬ ਦੀ ਕੈਦ, ਜਿਹੜੇ ਬੇ ਔਲਾਦ ਬੈਠੇ ਹੋ, ਰਬਾਬ ਦੀ ਜ਼ਰੀ 'ਤੇ ਅਲੀ ਅਸਗਰ ਦਾ ਤੀਰ, ਜਵਾਨੋ ਅੱਬਾਸ ਦੇ ਰੋਜ਼ੇ 'ਤੇ ਸਕੀਨਾ ਦੇ ਤਮਾਚੇ, ਚੌਥਾ ਹੁਸੈਨ ਦੀ ਜ਼ਰੀ 'ਤੇ ਅਲੀ ਅਕਬਰ ਦੀ ਸ਼ਹਾਦਤ। ਆਪਣੇ ਦੌਰ ਦਾ ਬਹੁਤ ਬੜਾ ਰੋਜ਼ਾ ਖਾਨ ਹੈ ਸ਼ੇਖ ਮਹਦੀ, ਅਦੇ ਮੈਂ ਕਰਬਲਾ ਜੁੰਮੇ ਦੀ ਨਮਾਜ਼ ਪੜ੍ਹੀ, ਹੁਸੈਨ ਦੀ ਜ਼ਰੀ 'ਤੇ ਜ਼ਿਆਰਤ ਵਾਸਤੇ ਆਏ। ਚੰਦ ਜ਼ਵਾਰ ਹਨ ਜਿਨ੍ਹਾਂ ਕਿ ਸ਼ੇਖ ਮਹਦੀ ਤੋਂ ਮਸਾਹਿਬ ਖਾਨ ਹੈ, ਰੋਜ਼ਾ ਖਾਨ ਹੈ, ਆਇਸ਼ਾ ਦਾ ਦਿਲ ਹੈ, ਹੁਸੈਨ ਦੀ ਜ਼ਰੀ 'ਤੇ ਸਾਨੂੰ ਅਲੀ ਅਕਬਰ ਦੀ ਸ਼ਹਾਦਤ ਸੁਣਾ। ਇਹ ਆਦੇ ਮੈਂ ਮਨ੍ਹਾ ਕੀਤਾ, ਨਾ ਮੈਂ ਪੜ੍ਹ ਸਕਦਾ ਨਾ ਤੁਸੀਂ ਸੋਚ ਸਕਦੇ ਹੋ, ਜਿਹਦਾ ਗੋਸ਼ਤ ਦਿਲ ਉਹਦੀ ਬੇਸਖਤ ਢਾਹ ਨਿਕਲ ਸੀ। ਅਦੇ ਇੱਕ ਜ਼ਵਾਰ ਮੈਨੂੰ ਵਾਸਤਾ ਦਿੱਤਾ ਜ਼ਹਰਾ ਦੇ ਜ਼ਖਮੀ ਪਹਿਲੂ ਦਾ, ਅਦੇ ਉਹ ਵਾਸਤਾ ਜਿਹੜਾ ਅੱਲਾ ਖਾਲੀ ਨਹੀਂ ਵਲੈਂਦਾ। ਮੈਂ ਹੁਸੈਨ ਦੀ ਜ਼ਰੀ 'ਤੇ ਹੱਥ ਰੱਖਿਆ ਅਤੇ ਸ਼ੁਰੂ ਕੀਤੇ ਮੇਰੀ ਅਕਬਰ ਦੇ ਦੁੱਖ, ਅਤੇ ਜਿਹੜਾ ਮੈਂ ਇਹਨਾਂ ਲਫ਼ਜ਼ਾਂ 'ਤੇ ਆਇਆ ਨਾ, ਹਸੀਨ ਬਰਛੀ ਮਾਰੀ ਅਤੇ ਅਕਬਰ ਤੋਂ ਜ਼ਿੰਨ ਛੁੱਟ ਗਈ। ਅਦੇ ਕਰਬਲਾ ਹੋਏ 'ਚ ਜ਼ਲਜ਼ਲਾ ਹੋਏ, ਹੁਸੈਨ ਦੀ ਜ਼ਰੀ 'ਚ ਖੂਨ ਜ਼ਾਹਿਰ ਹੋਏ, ਜ਼ਾਇਰੀਨ ਦੀਵਾਰਾਂ ਨਾਲ ਟੱਕਰਾਂ ਮਾਰੀਆਂ, ਇਤਨਾ ਗਿਰੀਆ ਹੋਏ ਕਿ ਮੈਂ ਆਪ 'ਤੇ ਗਸ਼ਤਾ ਰਹੀ ਹੋ ਗਿਆ, ਰੋ ਰੋ ਮੇਰੀਆਂ ਅੱਖਾਂ ਬੰਦ ਹੋ ਗਈਆਂ। ਸੈਯਦ ਅਗਲੀ ਗੱਲ ਦੀ ਮੇਰੇ ਕੋ ਮਾਫ਼ੀ ਦਿਵਾਏ, ਮੈਂ ਤੁਹਾਡੀ ਨੌਕਰਾਨੀ ਦਾ ਪੁੱਤਰ ਹਾਂ, ਅਤੇ ਮਜਲਿਸ ਪੜ੍ਹ ਕੇ ਮੈਂ ਮੁਤਮੈਨਮ ਬੇਚੈਨਮ ਆਪਣੇ ਘਰ ਆਇਆ, ਆਪਣੇ ਪਲੰਗ ਆਪਣੇ ਬਿਸਤਰ 'ਤੇ ਨੀਂਦਰ ਨਾ ਆਉਂਦੀ, ਸੱਜੇ ਕਰਵਟ ਖੱਬੇ ਕਰਵਟਾਂ ਬਦਲੇਂਦੇ, ਅੱਧ ਰਾਤ ਨੇ ਮੇਰੀ ਅੱਖ ਲੱਗੀ ਹੈ, ਮੇਰੇ ਵਿਹੜੇ 'ਚ ਇੱਕ ਮਸਤੂਰ ਦਾ ਵਹਿਣ ਆਇਆ, ਮੈਂ ਕਿ ਕਿਉਂ ਨਹੀਂ ਮਿਲੇ ਰਾਤ 'ਤੇ ਮੇਰੇ ਘਰ ਰੋਣ ਵਾਲੀ ਆਵਾਜ਼ ਆਈ, ਸ਼ੇਖ ਮਹਦੀ ਸੁਣਾਉਣ ਮੈਂ ਖਾਲੀ ਵੱਲੀ ਸਹਾਰਾ, ਤੈਨੂੰ ਮਨਾ ਕਰਨ ਆਈ ਅੱਜ ਕੁੱਲ ਬਾਅਦ ਮੇਰੇ ਅਕਬਰ ਦਾ ਮਸਾਹਿਬ ਨਾ ਪੜ੍ਹੇ। ਮੈਂ ਕਿ ਬੀਬੀ ਮੈਂ ਰਿਵਾਇਤ ਗਲਤ ਪੜ੍ਹੀ, ਫਰਮਾਏ ਨਹੀਂ ਤੂੰ ਠੀਕ ਪੜ੍ਹਿਆ, ਤੂੰ ਤਾਂ ਪੜ੍ਹ ਕੇ ਟੋਰਾ ਹੈ, ਜੰਨਤ 'ਚ ਤੇਰੇ ਪੜ੍ਹਨ ਤੋਂ ਹੁਣ ਤੱਕ ਮਾਤਮੇ ਦਰਮਿਆਨ ਚਕਬਰੇ ਸੱਜੇ ਮਾਏ ਖੱਬੇ ਬਾਬੇ, ਕਹਿਲ ਮਾਂ ਦਾੜੀ ਚੌਂਕਿਆ ਦੀ ਅਕਬਰ ਸੱਚ ਦੱਸਾਂ ਬਰਛੀ ਇਵੇਂ ਲੱਗੀ ਆਈ ਜਿਵੇਂ ਜ਼ਾਕਿਰ ਪੜ੍ਹਿਆ ਹੈ, ਕਹਿਲ ਬਾਬਾ ਦੇ ਅਕਬਰ ਸੱਚ ਦੱਸਾਂ ਲੱਥਾ ਇਵੇਂ ਆਵੇਂ ਜਿਵੇਂ ਸ਼ੇਖ।
ਹੁਸੈਨ ਦੀ ਮਾਂ ਰਾਜ਼ੀ ਹੋਵੇ, ਤਰੀਆਂ ਦਈਆਂ ਦੇ ਪਰਦੇ ਹੋਵੇ, ਮੰਗੀ ਹੋਈ ਰਾਤ ਥੰਮ ਪਈ, ਤੇਰੇ ਮਿਜ਼ਾਜ ਰਲ ਗਏ, ਹਰ ਰੱਖ ਵਜ਼ੂ ਕਰ ਲਏ। ਮੈਂ ਅੱਜ ਤੈਨੂੰ ਹੋ ਸਕਦਾ ਸ਼ਹਾਦਤ ਹੀ ਨੇ ਸੁਣਾ ਸਕਾਂ। ਖਾਜਾ ਸਾਹਿਬ ਬੰਦੇ ਆਦਨ ਸਾਨੂੰ ਅਲੀ ਅਕਬਰ ਸੁਣ ਕੇ ਰੋਵਣ ਨਹੀਂ ਆਉਂਦਾ, ਅਲਮਾਂ ਦੇ ਦਰਮਿਆਨ ਖੜਾ ਪੂਰੇ ਮੁਲਕ 'ਚ ਮੈਂ ਸ਼ਹਾਦਤ ਦੇ ਵਿਦੇ ਹੀ ਮੁਕੰਮਲ ਨਹੀਂ ਪੜ੍ਹ ਸਕਾਂ। ਕਰਬਲਾ ਸਭ ਤੋਂ ਢੇਰ ਵਿਦੇ ਹੁਸੈਨ ਦੇ ਅਕਬਰ ਦੇ, ਸਭ ਤੋਂ ਢੇਰ ਵਿਦੇ ਜਿਹੜੇ ਜਵਾਨ ਔਲਾਦ ਦੇ ਪਿਓ ਮਜਲਸ 'ਚ ਆਏ ਬੈਠੇ, ਜਿਤਨੇ ਮੇਰੇ ਜਵਾਨ ਭਾਈ ਪਰਦੇ 'ਚ, ਮੇਰੀਆਂ ਚਿੱਟੇ ਸਿਰ ਵਾਲੀਆਂ ਮਾਵਾਂ, ਮੰਗੀ ਹੋਈ ਰਾਤ ਥੰਮ ਪਈ, ਪਿਓ ਦੇ ਕੋਲ ਆਏ, ਦਸਵੀਂ ਦੀ ਰਾਤ ਥੰਮ ਪਈ, ਤ੍ਰੈ ਧੀਆਂ ਅਲੀ ਦੀਆਂ ਸਵਾਲੀ ਬਣ ਕੇ ਹੁਸੈਨ ਨੂੰ ਆਖਿਆ, ਅਕਬਰ ਖਵਾਕ ਛੇਕੜੀ ਆਜ਼ਾਨ ਸੁਣਾਵੇ। ਜੱਲੇ ਬਾਲੇ ਵਾਲੇ ਹੱਕ ਅਦਾ ਹੋਏ ਸੀ, ਮੈਂ ਜਵਾਨਾਂ ਨਾਲ ਗੱਲ ਕਰਾਂ, ਫਜਰ ਦੀ ਅਜ਼ਾਨ ਅਕਬਰ ਤੋਂ ਕਿਉਂ ਨਿਵਾਈ ਸੀ? ਇਹਦੇ 'ਚ ਰਾਜ਼ ਆਈ ਹੁਸੈਨ ਆਖਿਆ, ਕਿਆਮਤ ਕੋਈ ਅਲੀ ਉਨ ਵਲੀ ਉੱਲਾ ਪੜ੍ਹਨ ਵਾਲਾ ਫਜਰ ਦੀ ਨਮਾਜ਼ ਨਾ ਭੁੱਲ ਸੀ, ਫਕਤ ਮੇਰੇ ਅਕਬਰ ਦੀ ਆਜ਼ਾਨ ਨੂੰ ਯਾਦ ਕਰਕੇ। ਅਕਬਰ ਆਜ਼ਾਨ ਆਖੀ, ਹੁਸੈਨ ਜਮਾਤ ਕਰਾਈ, ਪਹਿਲਾ ਤੀਰ ਬੈਰਿਆਸ ਉਮਰ ਇਬਨ ਸਾਦ ਮਾਰੇ, 50 ਸਹਾਬੀ ਏ ਜਿਹੜਾ ਸੁਬਹ ਦੀ ਨਮਾਜ਼ ਵੇਲੇ ਸ਼ਹੀਦ ਹੋਏ। ਹਾਸ਼ਮੀਆਂ 'ਚੋਂ ਸਭ ਤੋਂ ਪਹਿਲੀ ਕੁਰਬਾਨੀ ਅਲੀ ਅਕਬਰ ਏ, ਪਿਓ ਦੇ ਕੋਲ ਆਏ, ਬਾਬਾ ਮੈਂ ਕਫਨ ਪਵਾ। ਹੁਸੈਨ ਆਖਿਆ, ਅਕਬਰ ਮਾਂ ਕੋ ਮੇਲਾ ਹੈ, ਬਾਬਾ ਰਾ ਤੋ ਕੀ ਇਜਾਜ਼ਤ, ਹੋਣੀ ਅੰਮਾ ਦਰਵਾਜ਼ੇ 'ਤੇ ਖੜੀ ਏ। ਮੈਂ ਆਖਿਆ, ਜੇ ਬਾਬਾ ਇਜਾਜ਼ਤ ਨਾ ਦੇਵੀ ਨਾ ਮੈਂ ਇੱਧਰ ਇਸ਼ਾਰਾ ਕਰੇ, ਮੈਂ ਬਾਹਰ ਲੱਗੀ ਆ ਸਾਂ। ਹੁਸੈਨ ਦਾ, ਅਕਬਰ ਜੇ ਤੈਕ ਮਾਂ ਟੋਰੇ ਨਾ ਆ ਮੈਂ ਤੈਨੂੰ ਕਫਨ ਪਵਾਵਾਂ। 1.25 ਲੱਖ ਨਬੀ ਨੂੰ ਦਾਵਤ ਦਿੱਤੀ ਸੀ, ਆਦਮ ਤੋਂ ਮੁਹੰਮਦ ਤੱਕ ਨਬੀਆਂ ਦੀ ਸਫ਼ ਲੱਗੀ, ਪਰਦੇਦਾਰਾਂ ਨੂੰ ਖੈਮੇ ਦੇ ਦਰਵਾਜ਼ੇ 'ਤੇ ਬੁਲਾਏ ਸੀ, ਫੌਜੇ ਸਕੀਆ ਵੇਖਣ ਵਾਲੀ ਹੈ। ਜਿਹੜੇ ਆਦਨ ਅਲੀ ਅਕਬਰ ਨੂੰ ਸਿਹਰੇ ਪਾਏ ਸੀ, ਡੂ ਅਲਮਾ 'ਤੇ ਮੈਦਾ ਹੱਥ ਹੈ, ਜਿਹੜਾ ਅਲੀ ਅਕਬਰ ਦੇ ਬਦਨ 'ਤੇ ਕੱਪੜੇ ਆਏ ਨਾ, ਹੁਸੈਨ ਉਹਨਾਂ ਦਾ ਕਫਨ ਬਣਾਇਆ। ਔਰ ਸਲਾਮ ਹੋਵੇ ਮੇਰਾ ਕਰਬਲਾ ਵਾਲੀ ਮਾਵਾਂ ਦੇ ਹੌਸਲੇ 'ਤੇ, ਇੱਕ ਵਧੀ ਹੌਸਲੇ ਵਾਲੀ ਆਈ ਅਲੀ ਅਕਬਰ ਦੀ ਮਾਂ, ਸੱਜਾ ਪਾਸਾ ਕਮੀਜ਼ ਦਾ ਪਾੜੇ ਮਾਂ ਖੜੀ ਰਹੀ, ਖੱਬਾ ਪਾਸਾ ਪਾੜੇ ਮਾਂ ਖੜੀ ਰਹੀ, ਗਿਰੇਬਾਨ ਫਾੜੇ ਮਾਂ ਖੜੀ ਰਹੀ, ਕਮਰ ਬੰਦ ਬਧਾਏ ਮਾਂ ਖੜੀ ਰਹੀ। ਨਾਨੇ ਦੀਆਂ ਸ਼ਕਲਾਂ ਵਾਲੇ ਨੂੰ ਪੱਗ ਬਣਾਉਣੀ ਸ਼ੁਰੂ ਕੀਤੀ ਸੀ, ਬੀਬੀਆਂ ਨੂੰ ਹੁਕਮ ਦਿੱਤਾ ਨੇ ਕੁਰਾਨ ਪੜ੍ਹੋ, ਕਿ ਬੀਬੀ ਸੂਰਹ ਯਾਸੀਨ ਪੜ੍ਹੀ, ਕਿ ਸੂਰਹ ਮੁਜ਼ੰਮਿਲ, ਕਿ ਸੂਰਹ ਮੁਦੱਸਰ। ਰੱਬ ਦਾ ਰਿਵਾਜ਼ ਹੈ, ਖਾਰੇ ਚੜ੍ਹਦੇ ਨੇ ਜਿਹੜਾ ਪੱਗ ਬਣਵਾਉਂਦੇ ਹਨ ਨਾ, ਤਾਤੁਲ ਹਨਕ ਦਾ ਲੜ ਲੰਬਾ ਛੋੜਾ ਵੈਂਦਾ। ਹੁਸੈਨਾ ਦੇ ਪਰਦਾਦਾਰ ਪੜ੍ਹੋ, ਕਾਨਵਿੰਨਾ ਲਿਲਾ, ਬਾਬੇ ਰਾਮ ਪੜ੍ਹਦੇ ਹਨ, ਹੁਸੈਨ ਇੰਜ ਤਾਤੁਲ ਹਨਕ ਵਲਾਈਏ, ਲਿਬਾਸ ਇੰਜ ਤਬਦੀਲ ਕੀਤਾ ਜਿਵੇਂ ਮਈਅਤ ਨੂੰ ਕਫਨ ਨਹੀਂ ਪਵਾਇਆ ਵੈਂਦਾ, ਜੀਂਦੇ ਪੁੱਤਰ ਨੂੰ ਤਾਤੁਲ ਹਨਕ ਵਲਾਈ। ਅਲੀ ਅਕਬਰ ਦੀ ਮਾਂ ਦੀਆਂ ਮਾਈਆਂ, ਮੇਰੇ ਅਕਬਰ ਜੀ ਕਹਿੰਦਾ ਸੋਹਣਾ, ਹਰ ਬੀਬੀ ਆਖਿਆ ਨਹੀਂ ਤੇਰਾ ਅਕਬਰ ਸੋਹਣਾ, ਅਧੀਏ ਵਤ ਗਵਾਹੀ ਦਿਵਾਏ ਜੋ ਮੈਂ ਹੁਸੈਨ ਤੋਂ ਅਕਬਰ ਕੁਰਬਾਨ ਕੀਤਾ। ਅਲੀ ਅਕਬਰ ਦੇ ਘੋੜੇ ਦਾ ਨਾਮ ਹੈ ਉਕਾਬ, ਕਫਨ ਪਵਾ ਕੇ ਹੁਸੈਨ ਰਕਾਬਾਂ ਛੱਤ ਪਏ, ਤੜਪ ਕੇ ਹਟਿਆ, ਬਾਬਾ ਅਦਬ ਇਜਾਜ਼ਤ ਨਹੀਂ ਦਿੰਦਾ। ਰੱਬ ਦਾ ਰਿਵਾਜ, ਬਾਬਾ ਪਿਓ ਬੁੱਢਣਾ ਹੋਏ, ਜਵਾਨ ਪੁੱਤਰ ਘੋੜੇ ਦੀ ਰਕਾਬ ਵਿੱਚ ਹੱਥ ਪੈਂਦਾ, ਸਯਦਾ ਦੇ ਕਿਆ ਕੀ ਤੈਨੂੰ ਪੁੱਤਰ ਸਮੇਂ ਕੇ ਪਿਆ ਚੜੇ ਨਾ ਚੜਾ, ਮੇਰਾ ਨਾਨੇ ਦੀਆਂ ਸ਼ਕਲਾਂ ਦਾ ਬਚੜਾ, ਮੈਂ ਪਹਿਲੇ ਆਖੇ ਲੱਕਰੇ ਮੈਂ ਵੀ ਦੇ ਸਮਝਾ ਕੇ ਪੜ ਲਵਾਂ ਜਲੇ ਵਾਲੇ ਹੋ ਜਦੋਂ ਕਾਬ ਤੇ ਸਵਾਰ, ਸੈਦ ਮਾਫ ਕਰਾਏ ਜਵਾਨੋ ਮਾਫੀ ਮੰਗ ਕੇ ਜਵਾਨ ਦੀ ਸ਼ਹਾਦਤ, ਅੱਲਾ ਕਰੇ ਮੈਂ ਸਮਝਾ ਕੇ ਪੜ ਲਵਾਂ ਤੂੰ ਬਰਦਾਸ਼ਤ ਕਰਕੇ ਸੁਣ ਲਵੇਂ, ਫਰਮਾਏ ਜੇ ਮੈਦਾਨ ਚ ਐਸੇ ਖੇਮੇ ਚ ਨੁਕਸਾਨ ਹੋਏ ਸਨ, ਤੇਰੀਆਂ ਮਾਵਾਂ ਸਿੱਖਦੀਆਂ ਖੜੀਆਂ, ਤੇਰੀਆਂ ਚਾਚੀਆਂ ਸਿੱਖਦੀਆਂ ਖੜੀਆਂ, ਉਹ ਮਾਤਮੀਆਂ ਬਾਬਾ ਮਰਹੂਮ ਪੜਦਾ ਘੋੜੇ ਤੇ ਸਵਾਰ ਹੋ ਕੇ ਅਲੀ ਅਕਬਰ ਖੇਮੇ ਚ ਦਾਖਿਲ ਹੋਏ, ਮੇਰੀਆਂ ਮਾਵਾਂ ਭੈਣਾਂ ਸਯਦਾ ਦੀਆਂ ਹਾਈ ਜੀਂਦਾ, ਲੇਕਿਨ ਇੰਝ ਲੱਗਦਾ ਹੈ ਅਕਬਰ ਨਹੀਂ ਅਕਬਰ ਦਾ ਜਨਾਜ਼ਾ ਹੈ। ਕੁਰਲਾ ਕੇ ਰੋ ਤੇਰਾ ਕੁਰਲਾ ਵਣ ਅਲੀ ਦੀਆਂ ਦੀਆਂ ਚੰਗਾ ਲੱਗਦਾ, ਪੜਾ ਲਈ ਅਕਬਰ ਦਾ ਮਸਾਇਬ ਤੇ ਤੂੰ ਨ ਰੋਵੇਂ, ਉਹ ਮਾਤਮੀ ਅਜ਼ਾਦਾਰ ਕਹਿ ਫੁੱਫੀ ਅਕਲ ਦਿੱਤੀ ਅਕਬਰ ਸੱਜੀ ਰੱਖਾਂ ਵਿੱਚ, ਮੈਂ ਤੇਰੀ ਦਾੜੀ ਚੋ
ਮੈਂ ਹਜ਼ਾਰ ਵੇਰੀ ਆਖਾਂ, ਮੈਂ ਲੱਖ ਵੇਰੀ ਆਖਾਂ, ਜਵਾਨ ਲਓ ਭੈਣਾਂ ਅਲੀ ਅਕਬਰ ਦੇ ਹੱਥ ਚੋਂ ਮੈਂ ਕਰਬਲਾ ਦਾ ਮਾਹੌਲ ਬਣ ਗਿਆ। ਮੈਂ ਤਾਂ ਸਮਝੇ ਤੂੰ ਬੇਨਿਆਜ਼ੀ ਕਰਕੇ ਬੈਠਾ ਸੁਣਨਾ ਹੈ, ਜੇ ਤੇਰੇ ਮਿਜ਼ਾਜ ਰਲ ਗਏ ਮੈਂ ਕਿਉਂ ਕੰਜੂਸੀ ਕਰਾਂ। ਜਵਾਨੋ ਫਿਰਾ ਬਹੁ ਪਿਆਰੇ ਆਉਂਦੇ, ਜਿਹੜਾ ਅਗਲਾ ਵੀ ਦੇ ਬਾਬਾ ਮਰਹੂਮ ਨਹੀਂ ਚਾਚਾ ਉਸਤਾਦ ਹਾਫਿਜ਼ ਹਸਨ ਅਲੀ ਪੁਰਾ ਲੱਫੜਦਾ ਫਿਰਾ ਬਹੁ ਪਿਆਰੇ ਆਉਂਦੇ। ਫਿਰਾਵਾਂ ਦਾ ਪਤਾ ਲੱਗਦਾ ਹੈ ਜਦੋਂ ਫਿਰਾ ਨਿਖੜਦੇ ਪਏ ਹੋਵੇ। ਕਫਨ ਪਾ ਕੇ ਅਲੀ ਅਕਬਰ ਉਸ ਖੈਮੇ ਚ ਆਇਆ ਹੈ ਜਿੱਥੇ ਸਜਾ ਸਜਾ ਤੇ ਸੀਨੇ ਤੇ ਰੱਖਾ ਹੈ ਹੁਸੈਨ ਦਾ ਮਾਮਾ ਗੱਲ ਚਾਹੇ ਸੈਯਦਾ ਦਾ
ਵਜਾ ਤਾਂ ਮੈਂ ਵਿਦੇ ਸ਼ੁਰੂ ਨਹੀਂ ਕੀਤੀ। ਮੈਂ ਆਖਿਆ ਸਭ ਤੋਂ ਢੇਰ ਵੀ ਦਿਨ ਹੁਸੈਨ ਦੇ ਅਕਬਰ ਦੇ। ਫਰਮਾਇ ਅਕਬਰ ਨੌ ਲੱਖ ਖੜਾ ਹੱਸਦਾ ਹੈ, ਉਕਾਬ ਤੇਲੀ ਅਕਬਰ ਸਵਾਰ ਹੋਏ ਬਾਗਾ ਚਾਈਆ ਹੈ। ਸ਼ਾਜੀ ਖੈਮਾ ਤੋਂ ਬਾਹਰ 4 ਸਾਲਾਂ ਦੀ ਭੇਣ ਦਾ ਅਕਬਰ ਨਾਲ ਵਿਦਾ ਹੈ। ਉਹ ਜੱਲੇ ਬਾਲੇ ਵਾਲੇ ਮੇਰਾ ਅਲਮ ਤੇ ਹੱਥ ਹੀ ਨੇ। ਖਾਜਾ ਸਾਹਿਬ ਕਿਤਾਬ ਦਾ ਨਾਮ ਹੈ ਬਹੂਰ ਅਲ ਗੁਮਾ, ਲਿਖਣ ਵਾਲੇ ਸੈਯਦ ਮੁਹੰਮਦ ਅਲੀ ਲਖਨਵੀ। ਆਦੇ ਕਰਬਲਾ ਦੇ ਮੈਦਾਨ ਵਿੱਚ ਹੁਸੈਨ ਦੇ ਅਕਬਰ ਪੁੱਤਰ ਨਾਲ 17 ਵਿਦੇਲ ਉਹ ਮਾਤਮੀ ਉਹ ਇਦੂ ਪੁੱਤਰ ਨੂੰ ਟੁਰੇਂਦਾ ਵਤ ਨਾਲ ਭੱਜ ਪਾਉਂਦਾ। 17ਵੀਂ ਦਫਾ ਅਕਬਰ ਦੇ ਬਾਬਾ ਯਾ ਟੋਰ ਨਹੀਂ ਯਾ ਮੇਰੇ ਨਾਲ ਨਾ ਦੌੜ, ਬਾਬਾ ਤੂੰ ਭੱਜਦਾ ਹੈ ਤੂੰ ਝੜ ਪਾਉਂਦਾ ਹੈ। 9 ਲੱਖ ਹਰਾਮੀ ਹੱਸਦਾ ਹੈ ਉਹ ਜਵਾਨੋ ਪੁੱਤਰ ਦੀ ਗੱਲ ਮੰਨ ਕੇ ਹੁਸੈਨ ਅਮਾਮਾ ਲਹਾਇਆ ਹੈ। ਸੈਯਦਾ ਦਾ ਟੋਰ ਵੰਜ ਅਕਬਰ ਮਾਪਿਓ
ہوتا نصیب ہو. حسین بلائے چویڑ پردہ دار آئیے بابا مرحوم پڑھدا مالک درجات بلند کرے نہیں آئی تلیلا اکبر دی لاش تے نہیں آئی فرمائیں الفضا بن اکبر دی ماں نو سجا دائی آوے اکبر دی ماں کناتا تے ہاتھ ودی مرین دیئے جد دائی ہاتھ نپ کے لائے آئیے حسین پتر نو مٹھی تے سمائی بیٹھا ہے سینے چ برچی دا پھل آئی حسین کپڑا رکھیا ہویا ہے راجا چوک جد ماں آئیے ماں کسرت آواز دا خیال نہیں کرنا او بین جدے تے مجلسہ مکھ